ਹਨੇਰੇ ਵਿੱਚ ਸੁਲਗ ਦੀ ਵਰਣਮਾਲਾ। ਦੋਸਤੋ, ਸੁਰਜੀਤ ਪਾਤਰ ਜੀ ਦੀ ਇਹ ਕਿਤਾਬ ਮੈਂ ਪੜ੍ਹ ਰਿਹਾ ਸੀ ਤਾਂ ਇੱਕ ਕਵਿਤਾ ਮੇਰੇ ਅੱਗੇ ਆਈ ਜੋ ਮੈਨੂੰ ਲੱਗਾ ਕਿ ਮੈਨੂੰ ਤੁਹਾਡੇ ਨਾਲ ਵੀ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਅਜੋਕੇ ਸਮੇਂ 'ਤੇ ਬਿਲਕੁਲ ਢੁੱਕਵੀਂ ਜਾਪਦੀ ਹੈ। ਬੁੱਢੀ ਜਾਦੂਗਰਨੀ ਆਖਦੀ ਹੈ, ਤੇਰਾ ਵੀ ਨਾਮ ਰੱਖਾਂਗੇ, ਤੇਰੀ ਛਾਤੀ 'ਤੇ ਵੀ ਖੰਜਰ ਜਾਂ ਤਗਮਾ ਧਰ ਦਿਆਂਗੇ। ਜੀਣ ਜੋਗਾ ਤਾਂ ਹੋ, ਤੇਰੀ ਵੀ ਹੱਤਿਆ ਕਰ ਦਿਆਂਗੇ। ਮੈਂ ਬੁੱਢੀ ਜਾਦੂਗਰਨੀ ਬਣੇ ਮੰਤਰ ਜਾਣਦੀ ਹਾਂ, ਮੈਂ ਜਿਹੜੀ ਹਿੱਕ 'ਤੇ ਤਗਮਾ ਸਜਾਇਆ ਹੈ ਉਹੀ ਹਿੱਕ ਘੜੀ ਬਣ ਕੇ ਰਹਿ ਗਈ ਹੈ। ਮੈਂ ਜਿਸ ਬੰਦੇ ਦੇ ਗਲ ਵਿੱਚ ਹਾਰ ਪਾਇਆ ਹੈ ਉਹੀ ਬੁੱਤ ਬਣ ਗਿਆ ਹੈ। ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ ਉਸੇ ਨੂੰ ਆਪਣੀ ਮਾਂ ਦਾ ਨਾਮ ਭੁੱਲਿਆ ਹੈ। ਮੈਂ ਜਿਹੜੇ ਹੱਥ ਨੂੰ ਆਪਣੇ ਹੱਥ 'ਚ ਲੈ ਕੇ ਘੁੱਟਿਆ ਹੈ ਉਹੀ ਹੱਥ ਰੁੱਖ ਦੀ ਟਹਿਣੀ ਹੋ ਗਿਆ ਹੈ ਅਤੇ ਹਰ ਤਰਫੀ ਹਵਾ ਵਿੱਚ ਡੋਲਿਆ ਹੈ। ਮੇਰਾ ਢਿੱਡ ਹੱਸਦਾ ਹੈ, ਸ਼ੀਸ਼ਾ ਝੂਠ ਕਹਿੰਦਾ ਹੈ। ਜਾਦੂਗਰਨੀਆਂ ਤਾਂ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ, ਹਿੱਕਾਂ ਦੀ ਕਿਸਮ ਹੁੰਦੀ ਹੈ। ਕੋਈ ਹਿੱਕ ਸਿਰਫ ਤਗਮੇ ਨਾਲ ਠਰਦੀ ਹੈ, ਕੋਈ ਹਿੱਕ ਕੋਸਿਆਂ ਦੁੱਧਾਂ ਦੇ ਨਗਮੇ ਨਾਲ ਠਰਦੀ ਹੈ ਅਤੇ ਜਿਹੜੀ ਬਾਕੀ ਬਚਦੀ ਹੈ ਉਸ ਲਈ ਮੇਰਿਆਂ ਹੱਥਾਂ 'ਚ ਬਸ ਖੰਜਰ ਹੀ ਬਚਦਾ ਹੈ। ਤੂੰ ਐਵੇਂ ਮਾਣ ਨਾ ਕਰ, ਤੂੰ ਐਵੇਂ ਮਾਣ ਨਾ ਕਰ, ਤੂੰ ਐਵੇਂ ਕਾਲਾ ਨਾ ਪੈ, ਤੂੰ ਐਵੇਂ ਮਾਣ ਨਾ ਕਰ, ਤੂੰ ਐਵੇਂ ਕਾਲਾ ਨਾ ਪੈ, ਤੇਰੀ ਹਿੱਕ ਦੀ ਕਿਸਮ ਵੀ ਬੁੱਝ ਲਵਾਂਗੇ ਅਤੇ ਤੇਰੇ ਹਾਣ ਦੀ ਤੈਨੂੰ ਵੀ ਹੋਣੀ ਵਰਦਿਆਂਗੇ। ਜੀਣ ਜੋਗਾ ਤਾਂ ਹੋ, ਤੇਰੀ ਵੀ ਹੱਤਿਆ ਕਰ ਦਿਆਂਗੇ। ਜੀਣ ਜੋਗਾ ਤਾਂ ਹੋ, ਤੇਰੀ ਵੀ ਹੱਤਿਆ ਕਰ ਦਿਆਂਗੇ। ਧੰਨਵਾਦ।